ਕੁਝ ਕੁ ਦਿਨ ਪਹਿਲਾਂ ਕਲਰਸ ਟੀਵੀ ਵੱਲੋਂ ਇੱਕ ਨਵੇਂ ਸ਼ੋਅ ਲਾਂਚ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦਾ ਨਾਮ ਹੈ ਛੋਟੀ ਸਰਦਾਰਨੀ। ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਲਰਸ ਟੀਵੀ ਦਾ ਇਹ ਸ਼ੋਅ ਵਿਵਾਦਾਂ ਵਿੱਚ ਘਿਰ ਗਿਆ, ਕਿਉਂਕਿ ਇਸ ਟੀਵੀ ਸ਼ੋਅ ਵਿੱਚ ਇੱਕ ਸਿੱਖ ਲੜਕੀ ਨੂੰ ਸਿੱਖ ਧਰਮ ਦੀ ਲੜਕੀ ਦਿਖਾਇਆ ਗਿਆ ਹੈ, ਜਿਸ ਨੇ ਆਪਣੇ ਹੀ 5 ਅਸੂਲ ਪੈਦਾ ਕੀਤੇ ਹੁੰਦੇ ਹਨ। ਇਸ ਸਿੱਖ ਲੜਕੀ ਦੇ ਇਹ 5 ਅਸੂਲ ਇਸ ਤਰ੍ਹਾਂ ਹਨ: ਕਰਮ, ਕਾਬਿਲਤਾ, ਕਰਤੱਵ, ਕਰੁਣਾ ਅਤੇ ਕੱਟੜਤਾ। ਸ਼ੋਅ ਮੁਤਾਬਕ ਇਸ ਲੜਕੀ ਨੇ ਆਪਣੇ ਕਰਮਾਂ ਦੇ ਆਧਾਰ 'ਤੇ ਆਪਣੀ ਕਿਸਮਤ ਲਿਖੀ ਅਤੇ ਆਪਣੀ ਕਾਬਲੀਅਤ ਦੇ ਸਿਰ 'ਤੇ ਜ਼ਿੰਦਗੀ ਨੂੰ ਮਾਤ ਦਿੱਤੀ। ਪਿਆਰ ਨਾ ਮਿਲਣ ਦੇ ਬਾਵਜੂਦ ਵੀ ਇਸ ਸਿੱਖ ਲੜਕੀ ਨੇ ਆਪਣੇ ਸਾਰੇ ਕਰਤੱਵ ਨਿਭਾਏ ਅਤੇ ਪਰਿਵਾਰ 'ਤੇ ਕਾਨੂੰਨਾਂ ਉਦੇਲ ਦਿੱਤੀ ਅਤੇ ਆਪਣੀ ਕੱਟੜਤਾ ਨੂੰ ਲੈ ਕੇ ਇੱਕ ਵੱਖਰੀ ਪਛਾਣ ਵੀ ਬਣਾਈ। ਇਸ ਸ਼ੋਅ ਵਿੱਚ ਨਿਮਰਤ ਆਲੂਵਾਲੀਆ ਵੱਲੋਂ ਇਹ ਕਿਰਦਾਰ ਨਿਭਾਇਆ ਜਾ ਰਿਹਾ ਹੈ, ਪਰ ਸਿੱਖ ਧਰਮ ਵਿੱਚ 5 ਕੱਕਿਆਂ ਦੀ ਮਹਾਨਤਾ ਤੋਂ ਸਾਰੇ ਹੀ ਵਾਕਿਫ ਹਨ, ਜਿਨ੍ਹਾਂ ਤੋਂ 5 ਕਕਾਰਾਂ ਨੂੰ ਨਾਮ ਦਿੱਤਾ ਜਾਂਦਾ ਹੈ। ਇਹਨਾਂ 5 ਕਕਾਰਾਂ ਕੰਘਾ, ਕੇਸ, ਕਿਰਪਾਨ, ਕੜਾ ਅਤੇ ਕਛਹਿਰਾ ਦੀ ਸਿੱਖ ਧਰਮ ਵਿੱਚ ਬਹੁਤ ਮਹਾਨਤਾ ਹੈ ਅਤੇ ਜਿਨ੍ਹਾਂ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇੱਕ ਵੱਡੀ ਦਾਤ ਵੀ ਸਮਝਿਆ ਜਾਂਦਾ ਹੈ, ਜਿਸ ਕਰਕੇ ਇਸ ਸ਼ੋਅ ਵਿੱਚ ਵਰਤੇ ਗਏ 5 ਕੱਕਿਆਂ 'ਤੇ ਬਹੁਤ ਹੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਸਿੱਖਾਂ ਨੂੰ ਮਿਲੀ ਇਸ ਮਹਾਨਤਾ ਦੇ ਅਕਸ ਨੂੰ ਖਰਾਬ ਕਰਨ ਦੀ ਇੱਕ ਕੋਝੀ ਚਾਲ ਵੀ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਸ ਸ਼ੋਅ ਵਿੱਚ ਜੋ ਸਿੱਖ ਲੜਕੀ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਗਈ ਹੈ, ਉਸ ਨੇ ਕੁਝ ਥਾਵਾਂ ਉੱਪਰ ਸਿਰ ਵੀ ਨਹੀਂ ਢੱਕਿਆ ਹੋਇਆ। ਹੋਰ ਤਾਂ ਹੋਰ, ਇਸ ਸ਼ੋਅ ਦੇ ਟ੍ਰੇਲਰ ਵਿੱਚ ਦਿਖਾਈ ਜਾ ਰਹੀ ਕਹਾਣੀ ਅਨੁਸਾਰ ਇਸ ਸਿੱਖ ਲੜਕੀ ਨੂੰ ਪਿਆਰ ਹੋ ਜਾਂਦਾ ਹੈ ਅਤੇ ਜਿਸ ਦਾ ਪ੍ਰੇਮੀ ਮਰ ਚੁੱਕਾ ਹੁੰਦਾ ਹੈ ਅਤੇ ਆਪਣੇ ਨਜਾਇਜ਼ ਬੱਚੇ ਨੂੰ ਬਚਾਉਣ ਦੀ ਲੜਾਈ ਲੜਦੇ ਕਹਾਣੀ ਦਿਖਾਈ ਲੱਗਦੀ ਹੈ, ਜੋ ਕਿ ਸਿੱਖ ਸਰਦਾਰਨੀਆਂ ਦੇ ਅਕਸ 'ਤੇ ਬਹੁਤ ਹੀ ਘਿਨਾਉਣਾ ਅਤੇ ਵੱਡਾ ਹਮਲਾ ਹੋ ਸਕਦਾ ਹੈ। ਜਿੱਥੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਮੀਰੀ ਪੀਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਐਨੀਮੇਸ਼ਨ ਅਵਤਾਰ 'ਤੇ ਵਿਰੋਧ ਜਤਾਇਆ ਜਾ ਰਿਹਾ ਹੈ, ਉੱਥੇ ਇਸ ਛੋਟੀ ਸਰਦਾਰਨੀ ਨਾਟਕ ਵਿੱਚ ਵਰਤੇ ਗਏ 5 ਕੱਕੇ ਅਤੇ ਸਰਦਾਰਨੀ ਦੇ ਇਸ ਕਿਰਦਾਰ ਨਾਲ ਸਿੱਖ ਧਰਮ 'ਤੇ ਇੱਕ ਵੱਡਾ ਹਮਲਾ ਹੋ ਸਕਦਾ ਹੈ। ਇਸ ਸ਼ੋਅ ਵਿੱਚ ਅਮਲ ਵਿੱਚ ਲਿਆਂਦੇ ਗਏ ਇਹਨਾਂ 5 ਕੱਕਿਆਂ ਨਾਲ ਸਿੱਖ ਧਰਮ ਵਿੱਚ ਰੋਸ ਦੀ ਲਹਿਰ ਹੈ ਅਤੇ ਕੁਝ ਸਿੱਖਾਂ ਵੱਲੋਂ ਇਹਨਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ ਹੈ। ਖੈਰ, ਹੁਣ ਦੇਖਣਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।